ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਨਵਾਂ ਵਿਸ਼ਾ। ਲਗਾਤਾਰ ਪੰਜਾਬ ਦੇ ਵਿੱਚ ਇੱਕ ਗੱਲ ਉੱਠੀ ਹੋਈ ਹੈ ਕਿ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਨੂੰ ਲੈ ਕੇ ਜਾਂ ਘੱਟ ਗਿਣਤੀਆਂ ਦੇ ਉੱਤੇ ਤਸ਼ੱਦਦ ਢਾਏ ਜਾ ਰਹੇ ਨੇ ਅਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਸਿੱਖ ਕੁੜੀ ਦਾ ਜਬਰੀ ਧਰਮ ਤਬਦੀਲ ਕਰਵਾਇਆ ਗਿਆ ਅਤੇ ਇਸ ਧਰਮ ਤਬਦੀਲ ਕਰਵਾਉਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਜਾਂ ਹਾਲਾਂਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਪੂਰੇ ਭਾਰਤ ਦੇ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਇਸੇ ਰੋਸ ਦੇ ਵਿਚਕਾਰ ਪਾਕਿਸਤਾਨ ਦੇ ਉੱਤੇ ਵੀ ਸਵਾਲ ਉਠਾਏ ਜਾ ਰਹੇ ਨੇ ਅਤੇ ਕੀ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਸੁਰੱਖਿਅਤ ਕਿਉਂ ਨਹੀਂ। ਪਾਕਿਸਤਾਨ ਦੀ ਸਰਕਾਰ ਹਾਲਾਂਕਿ ਦਾਅਵਾ ਕਰਦੀ ਹੈ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਇਸ ਦੇ ਬਾਬਤ ਜਿਹੜੀ ਭਾਰਤ ਸਰਕਾਰ ਹੈਗੀ ਹੈ ਉਸ ਭਾਰਤ ਸਰਕਾਰ ਦਾ ਪਾਕਿਸਤਾਨ ਸਰਕਾਰ ਦੇ ਨਾਲ ਕਿਸ ਤਰ੍ਹਾਂ ਦਾ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਹੈ ਅਤੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਜਾਣਦੇ ਹਾਂ। ਕੁਝ ਲੋਕ ਮੌਜੂਦ ਨੇ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਸੁਰੱਖਿਅਤ ਹੈਗੇ ਨੇ ਜਾਂ ਫਿਰ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਬਲਜੀਤ ਸਿੰਘ। ਅੱਛਾ ਬਲਜੀਤ ਜੀ, ਜਿਵੇਂ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਅਤੇ ਹੁਣ ਇੱਕ ਕੁੜੀ ਦਾ ਧਰਮ ਤਬਦੀਲ ਕਰਵਾਇਆ ਗਿਆ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਘੱਟ ਗਿਣਤੀ ਹੈਗੇ ਨੇ ਸੁਰੱਖਿਅਤ ਹੈਗੇ ਨੇ? ਬਿਲਕੁਲ ਨਹੀਂ ਜੀ, ਧਰਮ ਤਬਦੀਲ ਕਰਿਆ ਤਾਂ ਬਹੁਤ ਗਲਤ ਗੱਲ ਕਰੀਏ ਜੀ, ਤਾਂ ਸਾਡੇ ਇੱਥੋਂ ਵੀ ਮਤਲਬ ਸਾਰੀ ਸਿੱਖ ਜਥੇਬੰਦੀਆਂ ਨੂੰ ਇਸ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ। ਉੱਪਰ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਭ ਨੂੰ ਇਹ ਰਲ ਕੇ ਉੱਪਰ ਗੱਲ ਕਰਨੀ ਚਾਹੀਦੀ ਹੈ ਜੀ, ਇਹ ਬਹੁਤ ਗਲਤ ਹੋਇਆ ਜੀ ਜੇ ਹੋਇਆ ਜੀ। ਬਹੁਤ ਬਹੁਤ ਧੰਨਵਾਦ। ਹੋਰ ਲੋਕ ਵੀ ਮੌਜੂਦ ਨੇ, ਜਾਣਦੇ ਹਾਂ ਕਿ ਘੱਟ ਗਿਣਤੀ ਸੁਰੱਖਿਅਤ ਕਿਉਂ ਨਹੀਂ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਜਗਤਾਰ ਸਿੰਘ। ਅੱਛਾ ਜਗਤਾਰ, ਜਗਤਾਰ ਜੀ, ਜਿਵੇਂ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਹੁਣ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੇ ਲਈ ਕੀ ਕੁਝ ਕਰ ਰਹੀ ਹੈ, ਤੁਹਾਨੂੰ ਲੱਗਦਾ ਕਿ ਜਿਵੇਂ ਸਿੱਖ ਨੇ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਹੈਗੇ ਨੇ? ਨਾ ਜੀ, ਨਾ ਸੁਰੱਖਿਅਤ ਨਹੀਂ ਹੈ ਪਾਕਿਸਤਾਨ, ਕੋਈ ਨਹੀਂ ਕਰ ਰਹੀ, ਨਾ ਆਪਣੀ ਸੈਂਟਰ ਸਰਕਾਰ ਕਰ ਰਹੀ, ਨਾ ਪਾਕਿਸਤਾਨ ਸਰਕਾਰ ਕਰ ਰਹੀ ਹੈ। ਸਿੱਖਾਂ ਬਾਰੇ ਕੁਝ ਨਹੀਂ ਸੋਚਦੀ, ਇਹਨਾਂ ਨੂੰ ਕੋਈ ਉਹ ਕਰੇ, ਧਰਮ ਬਦਲਾਉਣ ਬਾਰੇ ਵੀ ਹੁਣ ਪਿੱਛੇ ਚਰਚਾ ਹੋ ਰਹੀ ਹੈ, ਪਰ ਇਹ ਚਾਹੀਦਾ ਨਹੀਂ ਹੈ। ਇਹਨਾਂ ਨੂੰ ਗੌਰਮੈਂਟਾਂ ਨੂੰ ਆਪਣਾ ਮਿਲ ਕੇ ਕੰਮ ਕਰਨਾ ਚਾਹੀਦਾ। ਅੱਛਾ, ਤੁਹਾਨੂੰ ਲੱਗਦਾ ਕਿ ਇਹ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ, ਇੱਕ ਪਾਸੇ ਇਮਰਾਨ ਖਾਨ ਸਰਕਾਰ ਹੈ, ਇੱਕ ਪਾਸੇ ਮੋਦੀ ਸਰਕਾਰ ਹੈ, ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ? ਕੋਈ ਗੱਲ ਨਹੀਂ ਕਰ ਰਹੀ ਜੀ, ਇੰਨੇ ਦਿਨ ਤਾਂ ਹੋ ਗਏ ਜੀ, ਆਹੀ ਚੱਲ ਰਹੀ ਹੈ ਚਰਚਾ ਵੀ, ਹਾਂ ਗੱਲ ਕਰ ਰਹੀ ਹੈ, ਕੋਈ ਗੱਲ ਨਹੀਂ ਹੋ ਰਹੀ, ਨਾ ਕੋਈ ਸੈਂਟਰ 'ਚੋਂ ਨਾ ਪਾਕਿਸਤਾਨ 'ਚੋਂ, ਕੋਈ ਗੱਲ ਨਹੀਂ ਹੋ ਰਹੀ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਕਿਉਂ ਇਸ ਤਰ੍ਹਾਂ ਦੀਆਂ ਖਬਰਾਂ, ਹਾਲਾਂਕਿ ਉਹ ਕਿ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਤਸ਼ੱਦਦ ਹੋਣ ਦੀਆਂ ਖਬਰਾਂ ਆਈਆਂ ਨੇ ਸਿੱਖਾਂ ਨੂੰ ਜਾਂ ਹਿੰਦੂ ਧਰਮ ਨੂੰ ਉੱਥੇ ਪਾਕਿਸਤਾਨ ਦੇ ਵਿੱਚ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹੁਣ ਧਰਮ ਪਰਿਵਰਤਨ ਕੀਤਾ ਗਿਆ, ਤਾਂ ਲੱਗਦਾ ਕਿ ਇਹ ਮਾਮਲੇ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੇ? ਇਹ ਰੁਕਣ ਦਾ ਨਹੀਂ ਰਹੇ, ਜਿਹੜੇ ਆਪਣੇ ਉਰੇ ਇਹਨਾਂ ਨੇ ਉਹ ਕਰਿਆ ਵੀ, ਮੋਦੀ ਸਰਕਾਰ ਨੇ ਕਰਿਆ ਵੀ, ਹਾਂ ਵੀ ਆਪਣੇ ਮੁਸਲਮਾਨਾਂ ਨੂੰ ਵੀ ਥੋੜ੍ਹਾ ਜਿਹਾ ਪਰੇਸ਼ਾਨ ਕਰ ਰਹੇ ਹੈ, ਇਹ ਨਹੀਂ ਚਾਹੀਦਾ ਇਹਨਾਂ ਨੂੰ ਉੱਧਰ, ਉਹਨਾਂ ਨੂੰ ਪਾਕਿਸਤਾਨੀਆਂ ਨੂੰ ਵੀ ਨਹੀਂ ਚਾਹੀਦਾ ਵੀ ਹਾਂ ਅਸੀਂ ਇਹਨਾਂ ਨੂੰ ਪਰੇਸ਼ਾਨ ਕਰੀਏ, ਕੋਈ ਤਸ਼ੱਦਦ ਨਾ ਕਰੇ ਕਿਸੇ, ਸਾਰੇ ਆਮ ਬੰਦੇ ਆ, ਸਾਰੇ ਗੁਰੂ ਆਪਣੇ ਧਰਮਾਂ ਨਾਲ ਜੁੜੇ ਰੱਖੋ ਰਹਿਣੇ ਚਾਹੀਦੇ। ਮੰਗ ਕੀ ਹੈਗੀ ਹੈ ਕਿ ਸਰਕਾਰ ਨੂੰ, ਹਾਲਾਂਕਿ ਜਿਵੇਂ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ, ਹਾਲਾਂਕਿ ਦਿੱਲੀ ਜੰਮੂ ਦੇ ਵਿੱਚ ਵੀ ਜਿਹੜੇ ਸਿੱਖ ਜਥੇਬੰਦੀਆਂ ਨੇ ਉਹ ਪ੍ਰਦਰਸ਼ਨ ਕਰ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਪ੍ਰਦਰਸ਼ਨ ਦੇ ਨਾਲ ਇਹ ਮਾਮਲਾ ਜਿਹੜਾ ਸੁਲਝ ਸਕਦਾ? ਇਹ ਸੁਲਝ ਤਾਂ ਨਹੀਂ ਸਕਦਾ ਜੀ, ਇਹ ਪ੍ਰਦਰਸ਼ਨਾਂ ਨਾਲ ਕਿਆ ਸੁਲਝਦਾ, ਜਾਂ ਗੱਲਬਾਤ ਨਹੀਂ ਹੋ ਰਹੀ ਜੀ, ਗੱਲਬਾਤ ਹੋਊਗੀ ਤਾਂ ਪ੍ਰਦਰਸ਼ਨ ਸੁਣਦੇ ਨੇ, ਨਾ ਸੈਂਟਰ ਸੁਣੇ ਨਾ ਉੱਧਰ ਸੁਣੇ ਜੀ, ਇਹਨਾਂ ਦੇ ਆਫ 'ਚ ਹੈ ਜੀ, ਪਤਾ ਨਹੀਂ ਕਿਆ ਸਰਕਾਰਾਂ ਦਾ ਹੋ ਹੈ ਜੀ, ਉਹਨਾਂ ਦਾ ਅਸੀਂ ਆਮ ਬੰਦੇ ਨੂੰ ਤਾਂ ਪੀਸਦੇ ਆਮ ਬੰਦੇ ਹਾਂ ਜੀ, ਸਰਕਾਰਾਂ ਦਾ ਆਪਸ 'ਚ ਲੜਾਈ ਹੈ, ਪਤਾ ਨਹੀਂ ਕਾਹਦੀ ਉਹ ਇਹਨਾਂ ਦੀ ਰੰਜਸ ਹੈ, ਆਮ ਬੰਦੇ ਪੀਸ ਰਹੇ ਹਾਂ ਜੀ ਇਹਦੇ। ਬਹੁਤ ਬਹੁਤ ਧੰਨਵਾਦ। ਕੁਝ ਹੋਰ ਲੋਕ ਵੀ ਮੌਜੂਦ ਨੇ, ਜਾਣਦੇ ਹਾਂ ਕਿ ਕਾਰਨ ਕੀ ਨੇ, ਘੱਟ ਗਿਣਤੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਅਤੇ ਇਸ ਦੇ ਪਿੱਛੇ ਜ਼ਿੰਮੇਵਾਰ ਕੀ ਹੈ। ਹਾਲਾਂਕਿ ਜ਼ਿੰਮੇਵਾਰ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਸਰਕਾਰ ਹੈ, ਇਸ ਤੋਂ ਇਲਾਵਾ ਪੰਜਾਬੀਆਂ ਦੀ ਕੀ ਮੰਗ ਹੈ, ਤਾਂ ਇੱਥੇ ਪੰਜਾਬੀ ਕਿਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਲੋਕ ਨੇ ਮੌਜੂਦ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਤੁਹਾਡਾ? ਕਰਮਜੀਤ ਸਿੰਘ ਜੀ। ਅੱਛਾ ਕਰਮਜੀਤ ਜੀ, ਜਿਵੇਂ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਉੱਠਿਆ ਹੈ ਅਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਪਾਕਿਸਤਾਨ ਸਰਕਾਰ ਕਦਮ ਚੁੱਕ ਰਹੀ ਹੈ ਘੱਟ ਗਿਣਤੀ ਸੁਰੱਖਿਅਤ ਹੈਗੇ ਨੇ? ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਫਿਰ, ਹੁਣ ਵੀ ਕਿਆ ਹੋਊਗਾ ਜੀ, ਹੁਣ ਸਿੱਖਾਂ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਜੀ, ਹੁੰਦਾ ਰਹੂਗਾ ਧੱਕਾ, ਇਹਦੇ ਕੋਈ ਆਵਾਜ਼ ਨਹੀਂ ਕੋਈ ਉਠਾਉਂਦਾ ਹੈਗਾ। ਜਿੱਥੇ ਸਿੱਖ ਸੰਗਤ ਜਿਹੜੀ ਵੀ ਜਿੰਨੀ ਵੀ ਸਿੱਖ ਸੰਗਤ ਹੈ ਜਾਂ ਬਾਬੇ ਆ, ਜਿੱਦਾਂ ਢੰਡਰੀਆਣਾ ਹੋ ਗਿਆ, ਹੋਰ ਹੋ ਗਏ, ਇਹ ਬੜੇ ਬੜੇ ਦੀਵਾਨ ਲਾਉਂਦੇ ਆ, ਇਹ ਕਿਉਂ ਨਹੀਂ ਇਹ ਮੁੱਦਾ ਉਠਾਉਂਦੇ ਜੀ? ਠੀਕ ਹੈ ਜੀ, ਬਾਕੀ ਐਨ ਨੂੰ ਸਰਕਾਰਾਂ ਦੇ ਕੰਨ ਖੁੱਲ੍ਹਣੇ ਚਾਹੀਦੇ ਆ। ਜਿਹੜੇ ਲੋਕ ਵੋਟਾਂ ਪਾ ਕੇ ਆਉਣ ਲੰਘ ਜਾਂਦੇ ਹਨ, ਉਹ ਸਿੱਖ ਵੀ ਤਾਂ ਵੋਟ ਪਾਉਂਦੇ ਇਹਨਾਂ ਨੂੰ, ਉਹਨਾਂ ਦੀ ਕਿਉਂ ਨਹੀਂ ਮਦਦ ਕਰਦੇ ਸਿੱਖਾਂ ਦੀ? ਜੇ ਕਿਸੇ ਹਿੰਦੂ ਦਾ ਕੋਈ ਚਪੇੜ ਮਾਰਦਾ ਹੈ ਬੰਦੇ ਦੇ, ਤਾਂ ਉਹਨੂੰ ਅਗਰਵਾਦੀ ਕਹਿਣ ਲੱਗ ਜਾਂਦੇ ਆ, ਇਹ ਸਿੱਖ ਬਾਰੇ ਕਿਉਂ ਨਹੀਂ ਬੋਲਦੇ ਇਹ?
ਸਿੱਖਾਂ ਨੂੰ ਕਿਉਂ ਟਾਰਗੇਟ ਕਰਦੇ ਆ ਬਈ ਵਾਰ ਵਾਰ ਇਹ ਤੁਹਾਨੂੰ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਉਹ ਇੱਕ ਪੱਖ ਪੂਰਦੀ? ਹਾਂਜੀ, ਹੁਣ ਹਰਿਆਣੇ ਦੇ ਪੁਲਿਸ ਨੇ ਬੰਦਾ ਬਾਰਡਰ 'ਤੇ ਟੱਪ ਕੇ ਉਹਨੇ ਪੰਜਾਬ ਜਾ ਕੇ ਬੰਦਾ ਕੁੱਟਿਆ, ਹਰਿਆਣੇ ਦੀ ਪੁਲਿਸ ਨੇ ਸਿਵਲ ਵਰਦੀ ਵਿੱਚ, ਉਹਦੇ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੱਕ? ਕੌਣ ਜ਼ਿੰਮੇਵਾਰ ਹੈ ਇਹਨਾਂ ਦਾ, ਦੱਸੋ ਮੈਨੂੰ। ਅੱਛਾ, ਮੰਗ ਕੀ ਹੈਗੀ ਹੈ ਕਿਉਂ ਕਿ ਦੋਵਾਂ ਦੇਸ਼ਾਂ ਦੇ ਤੁਸੀਂ ਸਵਾਲ ਉਠਾਏ ਹੈਗੇ ਨੇ, ਕਾਰਨ ਕੀ ਮੰਨਦੇ ਹੋ ਕਿ ਫਿਰ ਸੁਰੱਖਿਆ ਕਿਉਂ ਨਹੀਂ ਘੱਟ ਗਿਣਤੀਆਂ ਦੇ ਵਿੱਚ, ਜਾਂ ਫਿਰ ਤੁਸੀਂ ਸਿੱਖਿਆ ਦੀ ਗੱਲ ਕਰ ਰਹੇ ਹੋ ਕਿ ਫਿਰ ਸੁਰੱਖਿਆ ਕਿਉਂ ਨਹੀਂ ਸਿੱਖਿਆ ਦੀ? ਇਹ ਤਾਂ ਹੁਣ ਆਪਣੇ ਆਪ ਕਰਨੀ ਪਊਗੀ ਸਾਨੂੰ, ਜਿਹੜਾ ਸਾਡੀ ਪੱਗ ਨੂੰ ਹੱਥ ਸਾਡੇ ਦਾੜੇ ਹੱਥ ਪਾਊਗਾ ਉਹਨੂੰ ਬਦਲਾ ਅਸੀਂ ਉਸੇ ਨਾਲ ਉਸ ਹਿਸਾਬ ਨਾਲ ਦੇਵਾਂਗੇ। ਠੀਕ ਹੈ ਜੀ, ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਪਣਾ ਬਾਈ ਸਤਰਕ ਹੋ ਜਾਓ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹਨਾਂ ਨੇ ਕਿਹਾ ਹੈ ਕਿ ਹਾਲਾਂਕਿ ਕਾਫੀ ਰੋਸ ਜ਼ਾਹਰ ਕੀਤਾ ਹੈ ਕਿ ਕਿਤੇ ਨਾ ਕਿਤੇ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪਰ ਇਹਨਾਂ ਨੇ ਸਵਾਲ ਉਠਾਏ ਨੇ ਕੇਂਦਰ ਸਰਕਾਰ ਦੇ ਉੱਤੇ, ਭਾਰਤ ਸਰਕਾਰ ਦੇ ਉੱਤੇ, ਕਿ ਇੱਥੇ ਵੀ ਘੱਟ ਗਿਣਤੀ ਸੁਰੱਖਿਅਤ ਨਹੀਂ, ਸਿੱਖਾਂ ਦਾ ਮਸਲਾ ਚੁੱਕਿਆ ਇਹਨਾਂ ਨੇ ਅਤੇ ਜਵਾਬ ਵੀ ਕੇਂਦਰ ਸਰਕਾਰ ਤੋਂ ਮੰਗਿਆ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲਗਾਤਾਰ ਪੰਜਾਬ ਦੇ ਹਰ ਮਸਲੇ ਉੱਤੇ ਗੱਲਬਾਤ ਕਰ ਰਹੇ ਹਾਂ ਅਤੇ ਅੱਜ ਪਾਕਿਸਤਾਨ ਦਾ ਮਸਲਾ ਚੁੱਕਿਆ ਹੈ ਅਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਆਖਿਰ ਘੱਟ ਗਿਣਤੀ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਕਿਉਂ ਨਹੀਂ? ਹਾਲਾਂਕਿ ਪਾਕਿਸਤਾਨ ਤੋਂ ਇਲਾਵਾ ਵੀ ਕੁਝ ਹੋਰ ਦੇਸ਼ ਨੇ ਜਿੱਥੇ ਘੱਟ ਗਿਣਤੀਆਂ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਜਿਹੜਾ ਨਸਲੀ ਵਿਤਕਰਾ ਕੀਤਾ ਜਾਂਦਾ ਹੈ ਅਤੇ ਕੁਝ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਇਸ ਉਸ ਪ੍ਰਤੀ ਕੀ ਰਾਏ ਰੱਖਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸੁਰਿੰਦਰ ਸਿੰਘ ਹੈ ਜੀ। ਅੱਛਾ ਸੁਰਿੰਦਰ ਜੀ, ਜਿਵੇਂ ਪਾਕਿਸਤਾਨ ਦਾ ਮੁੱਦਾ ਛਾਇਆ ਹੋਇਆ ਉੱਥੇ ਇੱਕ ਸਿੱਖ ਕੁੜੀ ਦਾ ਧਰਮ ਤਬਦੀਲ ਕੀਤਾ ਗਿਆ ਜਬਰੀ ਅਤੇ ਉਹਦਾ ਵਿਆਹ ਵੀ ਕਰਵਾਇਆ ਗਿਆ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਲੈ ਕੇ ਇਮਰਾਨ ਖਾਨ ਸਰਕਾਰ ਕਦਮ ਚੁੱਕ ਰਹੀ ਹੈ? ਨਹੀਂ ਜੀ, ਨਹੀਂ ਕੋਈ ਕਦਮ ਚੁੱਕਿਆ ਗਿਆ, ਉਹਨਾਂ ਨੇ ਝੂਠ ਬੋਲਿਆ ਬਿਲਕੁਲ, ਵੀ ਅਸੀਂ ਕੁੜੀ ਬਰਾਮਦ ਕਰ ਲਈ ਹੈ ਅਤੇ ਭੇਜ ਦਿੱਤੀ ਹੈ ਉਹਨਾਂ ਦੇ ਘਰਦਿਆਂ ਕੋਲ, ਬਿਲਕੁਲ ਸਾਫ ਝੂਠ ਬੋਲਿਆ, ਕੋਈ ਸੁਣਵਾਈ ਨਹੀਂ ਅਤੇ ਉੱਥੇ ਕਿ ਇੱਥੇ ਵੀ ਨਹੀਂ ਹੈ, ਸਾਡੀ ਇੰਡੀਆ 'ਚ ਕਿਹੜਾ ਹੈ ਸੁਣਵਾਈ? ਸਿੱਖ ਕੌਮ ਦੀ ਕੋਈ ਸੁਣਵਾਈ ਨਹੀਂ ਹੈ, ਜਦੋਂ ਉਹਦਾ ਆਜ਼ਾਦ ਹੋਇਆ ਆਜ਼ਾਦੀ ਸਾਨੂੰ ਕੋਈ ਨਹੀਂ ਮਿਲੀ ਆ। ਸਭ ਤੋਂ ਅਮੀਰ ਸਟੇਟ ਸੀ ਪੰਜਾਬ, ਜਿਹਦੇ ਕੋਲ ਅੱਜ ਤੱਕ ਰਾਜਧਾਨੀ ਨਹੀਂ ਹੈ, ਕਿੰਨੇ ਦੰਗੇ ਹੋਏ ਦਿੱਲੀ 'ਚ, ਕਿੰਨੀਆਂ ਧੀਆਂ ਭੈਣਾਂ ਉੱਥੇ ਨੂੰ ਪਾਕਿਸਤਾਨ ਨੂੰ ਭਰਦੇ, ਜਿਹੜੀਆਂ ਇੱਥੇ ਦੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਉਹਨਾਂ ਦਾ ਕਿਆ ਬਣਿਆ? ਕਾਨਪੁਰ ਕੇਸ ਐਡਾ ਖਤਰਨਾਕ ਹੋਇਆ ਸੀ, ਉਹਨਾਂ ਦੇ ਪਰਚੇ ਨਹੀਂ ਦਰਜ ਹੋਏ ਅਤੇ ਇੱਥੇ ਗੌਰਮੈਂਟ ਨਾਮ ਦੀ ਕੋਈ ਚੀਜ਼ ਨਹੀਂ, ਕਿਸੇ ਨੂੰ ਕੋਈ ਫੈਸਿਲਿਟੀ ਨਹੀਂ, ਪੈਸੇ ਦਿਓ ਕੰਮ ਕਰਾਓ, ਕਰਪਸ਼ਨ ਸਰੇਆਮ ਚੱਲ ਰਹੀ ਹੈ, ਪੈਸਾ ਦਊਂਗੇ ਕੰਮ ਹੋ ਜਾਊਗਾ, ਨਹੀਂ ਕੋਈ ਕੰਮ ਨਹੀਂ ਹੁੰਦਾ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਹੈਗੇ ਆ ਕਿ ਭਾਰਤ ਦੇ ਵਿੱਚ ਵੀ ਘੱਟ ਗਿਣਤੀ ਜਾਂ ਸਿੱਖ ਸੁਰੱਖਿਅਤ ਨਹੀਂ ਹੈਗੇ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਮੋਦੀ ਸਰਕਾਰ ਕਿਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੀ ਹੈ ਜਿਹੜੇ ਘੱਟ ਗਿਣਤੀ ਨੇ ਉਹਨਾਂ ਦੀ ਸੁਰੱਖਿਆ ਦੇ ਲਈ? ਪਾਇਆ ਜਾ ਰਿਹਾ ਉਹਦੇ ਕੋਈ ਦਬਾਅ ਨਹੀਂ ਪਿਆ, ਕਿੰਨੇ ਦਿਨ ਹੋ ਗਏ ਅੱਜ ਤੱਕ ਕਿਸੇ ਦਾ ਪ੍ਰਾਈਮ ਮਿਨਿਸਟਰ ਦਾ, ਵਿਦੇਸ਼ ਮਿਨਿਸਟਰ ਦਾ ਕਿਸੇ ਦਾ ਬਿਆਨ ਆਇਆ? ਕੋਈ ਇੱਕ ਮੁੱਖ ਮੰਤਰੀ ਨੇ ਚਲੋ ਮਾੜਾ ਮੋਟਾ ਕਿਹਾ, ਉਹ ਇਹਦੇ ਨਾਲ ਬਣਦਾ ਕੀ ਹੈ? ਜਦ ਤੱਕ ਸੈਂਟਰ ਸਰਕਾਰ ਇਹ ਮਸਲਾ ਨਹੀਂ ਚੱਕਦੀ ਪਾਕਿਸਤਾਨ ਗੌਰਮੈਂਟ ਨਾਲ, ਜਦ ਤੱਕ ਕੁਛ ਨਹੀਂ ਹੁੰਦਾ, ਇਹਨਾਂ ਨੂੰ ਮਸਲੇ ਚੱਕਣੇ ਚਾਹੀਦੇ, ਕਿਉਂਕਿ ਇਹ ਇਹਨਾਂ ਦੀ ਇਸ ਤਰ੍ਹਾਂ ਗੱਲ ਇਹ ਹੈ ਨਾ, ਜੇ ਕਿਤੇ ਹਿੰਦੂ ਕੁੜੀ ਉੱਥੇ ਚੱਕੀ ਹੁੰਦੀ ਕਿੰਨਾ ਰੌਲਾ ਪਾਇਆ ਹੁੰਦਾ? ਅੱਛਾ, ਇੱਕ ਹਿੰਦੂ ਲੜਕੀ ਦਾ ਵੀ ਧਰਮ ਤਬਦੀਲ ਕਰਵਾਇਆ ਗਿਆ, ਨਵਾਂ ਮਾਮਲਾ ਇਹ ਹੈਗਾ? ਹਾਂ, ਅੱਛਾ, ਉੱਥੇ ਹੀ ਬਿਲਕੁਲ। ਅਤੇ ਫਿਰ ਇਹਨਾਂ ਨੂੰ ਚੱਕਣੇ ਚਾਹੀਦੇ ਮਸਲੇ ਇਹਨਾਂ ਨੂੰ ਚੱਕਣੇ ਚਾਹੀਦੇ, ਪਾਕਿਸਤਾਨ ਨਾਲ ਸਖਤੀ ਨਾਲ ਨਿਪਟਣਾ ਚਾਹੀਦਾ, ਇਹਨਾਂ ਪਾਕਿਸਤਾਨ ਨਾਲ ਸਖਤੀ ਨਾਲ ਨਿਪਟ। ਕਾਰਨ ਕੀ ਮੰਨਦੇ ਹੋ ਕਿ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ? ਸਾਡੀ ਗਿਣਤੀ ਘੱਟ ਹੈ ਜੀ, ਇਹਨਾਂ ਨੂੰ ਕੋਈ ਉਹ ਨਹੀਂ ਹੈ, ਸਾਡੀ ਵੋਟਾਂ ਘੱਟ ਹੈਗੀਆਂ, ਵੋਟ ਬੈਂਕ ਨਹੀਂ ਹੈਗੇ ਸੀ, ਸਾਡਾ ਵੋਟ ਬੈਂਕ ਨਹੀਂ ਹੈ, ਸਾਡੀ ਹੁੰਦੀ 100 ਸੀਟ, ਸਾਡੀ ਸਿੱਖਾਂ ਦੀ 100 ਸੀਟ ਹੁੰਦੀ, ਇਹ ਤਾਂ ਅੱਗੇ ਪਿੱਛੇ ਭੱਜੇ ਫਿਰਦੇ, ਗਿਣਤਾ ਸਾਡੇ 10-12, ਕੋਈ ਕਿਧਰੀ ਵੋਟ ਪਏ, ਇਤਫਾਕ ਸਾਡਾ ਵੀ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਚੱਕਣੇ ਚਾਹੀਦੇ ਇਹ ਮਸਲੇ, ਸ਼੍ਰੋਮਣੀ ਕਮੇਟੀ ਵੀ ਉਹ ਜਿਹੜਾ ਕੰਮ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ ਜੀ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਗੁਰਦੀਪ ਸਿੰਘ ਜੀ। ਅੱਛਾ ਗੁਰਦੀਪ ਜੀ, ਜਿਵੇਂ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ ਅਤੇ ਹੁਣ ਨਵਾਂ ਮਾਮਲਾ ਪਾਕਿਸਤਾਨ ਦੇ ਵਿੱਚ ਸਿੱਖ ਕੁੜੀ ਦਾ ਧਰਮ ਤਬਦੀਲ ਕਰਵਾਉਣ ਦਾ ਆਇਆ ਹੈਗਾ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਸੰਜੀਦਾ ਹੈਗੀ ਹੈ? ਬਿਲਕੁਲ ਨਹੀਂ ਹੈਗੀ ਜੀ। ਕਾਰਨ ਕੀ ਮੰਨਦੇ ਹੋ? ਆਪਣੀ ਸਰਕਾਰ, ਇੰਡੀਆ ਦੀ ਸਰਕਾਰ ਵੀ ਨਹੀਂ ਸੰਜੀਦਾ ਹੈਗੀ ਜੀ, ਇਸ ਕਰਕੇ ਉਹਨਾਂ ਪਰ ਦਬਾਅ ਨਹੀਂ ਪੈ ਰਿਹਾ ਜੀ। ਤੁਹਾਨੂੰ ਲੱਗਦਾ ਕਿ ਜਿਹੜੀ ਭਾਰਤ ਸਰਕਾਰ ਹੈਗੀ ਹੈ ਉਹ ਸੰਜੀਦਗੀ ਦੇ ਅੰਡ ਨਾਲ ਨਹੀਂ ਰਹਿ ਰਹੀ ਅਤੇ ਪਾਕਿਸਤਾਨ ਦੀ ਸਰਕਾਰ ਦੇ ਉੱਤੇ ਦਬਾਅ ਨਹੀਂ ਪਾ ਰਹੀ? ਨਹੀਂ, ਬਿਲਕੁਲ ਨਹੀਂ ਪਾ ਰਹੀ, ਇਸ ਕਰਕੇ ਮਾੜਾ ਸਿੱਖਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ, ਘੱਟ ਗਿਣਤੀ ਜੀ। ਹਾਂਜੀ, ਤੁਹਾਨੂੰ ਲੱਗਦਾ ਕਿ ਜਿਵੇਂ ਭਾਰਤ ਦੇ ਵਿੱਚ, ਹਾਲਾਂਕਿ ਭਾਰਤ ਦੇ ਵਿੱਚ ਵੀ ਨਸਲੀ ਵਿਤਕਰੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ, ਇੱਥੇ ਸਿੱਖ ਸੁਰੱਖਿਅਤ ਹੈਗੇ ਨੇ? ਨਾ ਜੀ, ਬਿਲਕੁਲ ਨਹੀਂ ਹੈਗੇ ਜੀ। ਕਿਉਂ, ਤੁਹਾਨੂੰ ਕੀ ਲੱਗਦਾ ਐਵੇਂ?
ਬਹੁਤ ਵਾਰਦਾਤਾਂ ਨੇ ਹੁਸ਼ਿਆਰਪੁਰ ਹੋਈ ਜੀ, ਬੰਦਿਆਂ ਨੇ ਸਿੱਖ ਬੰਦੇ ਨਾਲ ਵਿਅਦ ਵੀ ਕਰੀ ਜੀ, ਉਹਦੇ ਬਾਰੇ ਵੀ ਕੁਛ ਨਹੀਂ ਬਣਿਆ ਜੀ ਸਿੱਖਾਂ ਦਾ ਜੀ। ਸਿੱਖ ਅਲੱਗ ਅਲੱਗ ਹੋਏ ਇਕੱਠੇ ਰਹਿੰਦੇ ਨੇ ਜੀ, ਹੈ ਇਸ ਕਰਕੇ ਸਾਡੀ ਬੇਇੱਜ਼ਤੀ ਹੋ ਰਹੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ। ਨਸ਼ਾ ਵਿਕ ਰਿਹਾ ਨਾ, ਇਹ ਇੰਟੈਲੀਜੈਂਸੀਆਂ ਦੇ ਥਰੂ ਵਿਕ ਰਿਹਾ। ਜੇ ਇੰਟੈਲੀਜੈਂਸੀਆਂ ਚਾਹਣ ਤਾਂ ਇਸ ਨੂੰ ਕਾਬੂ ਕਰ ਸਕਦੀਆਂ। ਦੱਸੋ ਕਿੱਥੇ ਨਹੀਂ ਨਸ਼ਾ, ਹਰੇਕ ਜਗ੍ਹਾ ਨਸ਼ਾ ਵਿਕ ਰਿਹਾ। ਇੰਟੈਲੀਜੈਂਸੀਆਂ ਤੋਂ ਬਿਨਾਂ ਨਹੀਂ ਨਸ਼ਾ ਵਿਕ ਰਿਹਾ। ਇਹ ਸਿਰਫ ਜਿਹੜੇ ਸਿੱਖ ਮੁੰਡੇ ਆ ਨਾ, ਬਾ ਇਹਨਾਂ ਦੀ ਨਸਲ ਕੁਛ ਨਹੀਂ ਕਰ ਰਹੇ, ਖਤਮ ਕਰ ਰਹੇ ਇਹਨਾਂ ਨੂੰ ਨਸ਼ੇ 'ਤੇ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿਸੇ ਵੀ ਮੁੱਦੇ ਨੂੰ ਲੈ ਕੇ ਇੱਕ ਟਾਰਗੇਟ ਕੀਤਾ ਜਾ ਰਿਹਾ? ਸਕੀਮਾਂ ਜੀ ਇਹਨਾਂ ਦੀਆਂ, ਇੰਟੈਲੀਜੈਂਸੀ ਸਕੀਮ ਹੈ। ਨਵੇਂ ਬੱਚਿਆਂ ਨੂੰ ਲਓ, ਉਹ ਜਦੋਂ ਕੋਈ ਵੀ ਬੰਦਾ ਉੱਧਰੋਂ ਪਾਕਿਸਤਾਨ ਤੋਂ ਆਉਂਦਾ, ਕਸ਼ਮੀਰੀ ਆਉਂਦਾ, ਕੋਈ ਆਤੰਕਵਾਦੀ ਕੋਈ ਕਸ਼ਮੀਰੀ ਆਉਂਦਾ, ਇਹਨਾਂ ਨੂੰ ਉਸੇ ਟਾਈਮ ਇਨਫੋਰਮੇਸ਼ਨ ਆਉਂਦੀ, ਉਹਨੂੰ 24 ਘੰਟੇ ਦੇ ਵਿੱਚ ਮਾਰ ਦਿੰਦੇ ਆ। ਕਿਆ ਗੱਲ ਹੈ, ਨਸ਼ਾ ਆਉਂਦਾ ਜਦ ਨਹੀਂ ਪਤਾ ਲੱਗਦਾ ਇਹਨਾਂ ਨੂੰ? ਨਸ਼ਾ ਆਉਂਦਾ ਜਦ ਵੀ ਤਾਂ ਪਤਾ ਲੱਗਦਾ ਵੀ ਨਸ਼ੇ ਦੀ ਖੇਪ ਆ ਰਹੀ ਹੈ, ਉਹਨੂੰ ਪਕੜਿਆ ਜਾਵੇ। ਹੁਣ ਇਹ ਦੇਖੋ ਕਿੰਨੇ ਕੁਇੰਟਲ ਟਨਾਂ ਦੇ ਟਨ ਆਏ ਸੀ, ਕਿਹੜੀ ਵੱਡੀ ਗ੍ਰਿਫਤਾਰੀ ਹੋਈ ਹੈ ਜੀ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੀ ਭਾਰਤ ਸਰਕਾਰ ਹੈ ਉਹ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈਗੀ, ਅਤੇ ਲਗਾਤਾਰ ਸਵਾਲ ਵੀ ਉੱਠਦੇ ਰਹੇ ਨੇ ਇਸ ਮਾਮਲੇ ਨੂੰ ਲੈ ਕੇ? ਅਤੇ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੁਝ ਹੋਰ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਘੱਟ ਗਿਣਤੀਆਂ ਨੂੰ ਲੈ ਕੇ ਹਮਲੇ ਕੀਤੇ ਜਾ ਰਹੇ ਨੇ, ਧਰਮ ਪਰਿਵਰਤਨ ਕੀਤਾ ਜਾ ਰਿਹਾ, ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਹਾਲਾਂਕਿ ਕੁਝ ਦਾ ਕਹਿਣਾ ਹੈ ਕਿ ਕੋਈ ਭਾਰਤ ਦੇ ਵਿੱਚ ਵੀ ਅਸੀਂ ਸੁਰੱਖਿਅਤ ਨਹੀਂ ਹੈਗੇ, ਅਤੇ ਇਹਨਾਂ ਤੋਂ ਜਾਣਦੇ ਹਾਂ ਕਿ ਕੀ ਪਾਕਿਸਤਾਨ ਸਰਕਾਰ ਕਦਮ ਚੁੱਕ ਰਹੀ ਹੈ ਘੱਟ ਗਿਣਤੀਆਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਪੁਨੀਤ ਜੀ। ਅੱਛਾ ਪੁਨੀਤ, ਜਿਵੇਂ ਪਾਕਿਸਤਾਨ ਦੇ ਵਿੱਚ ਸਿੱਖ ਕੁੜੀ ਦਾ ਧਰਮ ਪਰਿਵਰਤਨ ਕੀਤਾ ਗਿਆ, ਅਤੇ ਉਸ ਤੋਂ ਬਾਅਦ ਹਿੰਦੂ ਲੜਕੀ ਦਾ ਵੀ ਧਰਮ ਪਰਿਵਰਤਨ ਕਰਕੇ ਜਿਹੜਾ ਮਾਮਲਾ ਸਾਹਮਣੇ ਆਇਆ, ਇਸ ਤੋਂ ਪਹਿਲਾਂ ਵੀ ਲਗਾਤਾਰ ਮਾਮਲੇ ਸਾਹਮਣੇ ਆਉਂਦੇ ਰਹੇ ਨੇ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਨੂੰ ਸੁਰੱਖਿਆ ਦੇ ਰਹੀ ਹੈ ਜਾਂ ਨਹੀਂ? ਦੇਖੋ ਜੀ, ਇਹ ਜਿਵੇਂ ਤੁਸੀਂ ਇਸ਼ੂ ਚੱਕਿਆ, ਰੇਪ ਕਿਸੇ ਧਰਮ ਨਾਲ ਨਹੀਂ ਆਪਾਂ ਕੰਪੇਅਰ ਕਰ ਸਕਦੇ। ਇਹ ਰੇਪ ਇੱਕ ਇੰਸੀਡੈਂਟ ਜਿਹੜਾ ਹੋਇਆ, ਇਹ ਬਹੁਤ ਮਾੜੀ ਗੱਲ ਹੈ, ਪਰ ਹਰੇਕ ਸਰਕਾਰ ਚਾਹੁੰਦੀ ਹੈ ਆਪਦਾ ਦੇਸ਼ ਸਹੀ ਚਲਾਵੇ, ਪਰ ਜੇ ਕੋਈ ਇਹੋ ਜਿਹੇ ਇੰਸੀਡੈਂਟ ਹੁੰਦੇ, ਆਪਣੇ ਇੰਡੀਆ 'ਚ ਵੀ ਕੋਈ ਮਿਨੋਰਟੀਜ਼ ਨਾਲ ਕਈ ਵਾਰੀ ਧੱਕਾ ਹੋ ਜਾਂਦਾ, ਪਰ ਮੈਂ ਇਹ ਮੰਨਦਾ ਵੀ ਸਰਕਾਰ ਕੋਈ ਕਦਮ ਚੱਕੂਗੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਸਾਰੇ ਠੀਕ ਹੈ ਕੰਮ। ਇੱਕ ਅੱਧਾ ਇੰਸੀਡੈਂਟ ਹੋ ਜਾਂਦਾ, ਆਪਾਂ ਨੂੰ ਇਹਨੂੰ ਬਾਲਾ ਉੱਤੇ ਚੱਕਣਾ ਨਹੀਂ ਚਾਹੀਦਾ। ਹਰੇਕ ਸਰਕਾਰ ਮਿਨੋਰਟੀਜ਼ ਦਾ ਜਿੰਨਾ ਹੋ ਸਕਦਾ ਉਨਾ ਕਰਦੀ ਹੈ। ਕਰਦੀ ਹੈ ਪਾਕਿਸਤਾਨ ਸਰਕਾਰ? ਦੇਖੋ, ਪਾਕਿਸਤਾਨ ਸਰਕਾਰ ਕਰਦੀ ਹੈ ਕਿਉਂਕਿ ਤਾਂ ਹੀ ਮਾਹੌਲ ਸੈੱਟ ਹੈ, ਜੇ ਨਾ ਕਰਦੀ ਹੋਵੇ ਮਿਨੋਰਟੀਜ਼ ਉੱਥੇ ਇੰਨੀ ਹੈ। ਜੇ ਇੰਨੇ ਕਿੰਨੇ ਸਾਲ ਹੋ ਗਏ ਬਾਈ ਜੀ ਪਾਕਿਸਤਾਨ ਬਣੇ ਨੂੰ, ਇੱਕ ਦੋ ਇੰਸੀਡੈਂਟ ਨਾਲ ਆਪਾਂ ਪਾਕਿਸਤਾਨ 'ਤੇ ਸਾਰਾ ਆਰੋਪ ਨਹੀਂ ਲਾ ਸਕਦੇ। ਠੀਕ ਹੈ ਜੀ, ਤੁਸੀਂ ਇਹ ਦੇਖੋ, ਇੰਨੇ ਸਾਲ ਸੁਰੱਖਿਅਤ ਰੱਖੇ, ਇੰਨੇ ਸਾਲ ਇੱਕ ਸੁਰੱਖਿਅਤ ਆਪਣਾ ਨਾਗਰਿਕ ਤਾਂ ਸੁਰੱਖਿਅਤ ਰੱਖਣਾ ਹੀ ਪੈਣਾ ਨਾ। ਉਹਨਾਂ ਦਾ ਫਰਜ਼ ਹੈ, ਰੱਖਣਗੇ, ਰੱਖਦੇ ਆਏ ਹੈ। ਜੇ 1947 ਤੋਂ ਤੱਕ ਹਜੇ ਤੱਕ ਇੰਨੀ ਸੁਰੱਖਿਅਤ ਰੱਖੀ ਹੈ, ਇੱਕ ਅੱਧਾ ਇੰਸੀਡੈਂਟ ਹੋ ਗਿਆ, ਇਸ ਕਰਕੇ ਆਪਾਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ। ਪਰ ਮੇਰੀ ਗੱਲ ਇਹ ਹੈਗੀ ਕਿ ਕਈ ਮਾਮਲੇ ਸਾਹਮਣੇ ਆਉਂਦੇ ਨੇ, ਕਈ ਦੱਬ ਜਾਂਦੇ ਨੇ, ਕਈ ਗਰੀਬ ਪਰਿਵਾਰ ਹੁੰਦੇ ਨੇ, ਆਵਾਜ਼ ਵੀ ਨਹੀਂ ਚੱਕ ਸਕਦੇ, ਮੀਡੀਆ ਤੱਕ ਜਾਂ ਹੋਰ ਲੋਕਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ, ਉਹੋ ਜਿਹੇ ਮਾਮਲੇ ਦੱਬੇ ਰਹਿ ਜਾਂਦੇ ਨੇ। ਪਰ ਅਸੀਂ ਕਿਵੇਂ ਕਹਿ ਸਕਦੇ ਕਿ ਇਹ ਪਹਿਲਾ ਮਾਮਲਾ? ਦੇਖੋ ਜੀ, ਇਹ ਤਾਂ ਹਰੇਕ ਥਾਂ ਦੱਬੇ ਰਹਿ ਜਾਂਦੇ, ਇਹ ਤਾਂ ਫਿਰ ਜੇ ਆਪਾਂ ਇਹ ਗੱਲ ਕਰੀਏ ਤਾਂ ਦੱਬੇ ਕੁਚਲਿਆਂ ਦੀ ਆਵਾਜ਼ ਕੌਣ ਚੁੱਕੂਗਾ ਫਿਰ? ਦੇਖੋ, ਇਹ ਤਾਂ ਮੈਜੋਰਟੀਜ਼ ਨਾਲ ਵੀ ਕਈ ਵਾਰੀ ਧੱਕਾ ਹੋ ਜਾਂਦਾ, ਉਹ ਵੀ ਦੱਬੇ ਰਹਿ ਜਾਂਦਾ। ਸੋ ਆਪਾਂ ਇਹ ਆਏ ਨਹੀਂ ਕਹਿ ਸਕਦੇ ਵੀ ਇੱਕ ਸਿੱਖ ਲੜਕੀ ਨਾਲ ਹੋਇਆ ਤਾਂ ਦੱਬੇ ਰਹਿ ਗਿਆ ਜਾਂ ਮਿਨੋਰਟੀ ਨਾਲ। ਘੱਟ ਗਿਣਤੀ, ਘੱਟ ਗਿਣਤੀ ਨਾਲ ਦੇਖੋ ਆਵਾਜ਼ ਚੱਕਣੀ ਚਾਹੀਦੀ ਹੈ, ਇਹ ਜੀ ਕੋਈ ਗੱਲ ਨਹੀਂ। ਡੈਮੋਕਰੇਟਿਕ ਸਿਸਟਮ ਹੈ, ਮੀਡੀਆ ਤੁਸੀਂ ਆਪ ਹੋ, ਫੋਰਥ ਪਿਲਰ ਆਫ ਡੈਮੋਕਰੇਸੀ, ਤੁਸੀਂ ਆਪ ਖੜ੍ਹੇ ਹੋ। ਜੇ ਕਿਸੇ ਨਾਲ ਧੱਕਾ ਹੁੰਦਾ ਮੀਡੀਆ ਨਾਲ ਆਉਣ, ਕੋਰਟ ਬੈਠੀ ਹੈ ਫੈਸਲਾ ਕਰਨ ਨੂੰ, ਜੁਡੀਸ਼ਰੀ ਹੈ ਨਾ ਜੀ। ਇਹ ਜੀ ਹੁਣ ਆਪਾਂ 21ਵੀਂ ਸਦੀ 'ਚ ਆ ਗਏ, ਸੋ ਧੱਕੇ ਵਾਲੀ ਕੋਈ ਗੱਲ ਨਹੀਂ ਜੀ। ਅੱਛਾ, ਜਿਵੇਂ ਪਾਕਿਸਤਾਨ ਸਰਕਾਰ ਦੀ ਗੱਲ ਕਰੀਏ, ਉਹ ਕਹਿ ਰਹੀ ਹੈ ਕਿ ਇਮਰਾਨ ਖਾਨ ਦੀ ਸਰਕਾਰ ਕੀ ਜਿਹੜੇ ਘੱਟ ਗਿਣਤੀ ਨੇ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਪੁਖਤਾ ਰੱਖੇ ਜਾਣਗੇ, ਅਤੇ ਜੇਕਰ ਭਾਰਤ ਸਰਕਾਰ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਦੀ ਸਰਕਾਰ ਦੇ ਨਾਲ ਕੋਈ ਗੱਲਬਾਤ ਕਰਦੀ ਹੈ ਜਿਹੜੇ ਘੱਟ ਗਿਣਤੀ ਨੇ, ਜਿਨ੍ਹਾਂ ਦਾ ਭਾਰਤ ਦੇ ਨਾਲ ਪਿਛੋਕੜ ਜੁੜਿਆ ਹੋਇਆ ਹੈ? ਦੇਖੋ ਜੀ, ਇਹ ਤਾਂ ਸਰਕਾਰ ਨੂੰ ਮੈਂ ਚਾਹੀਦਾ ਵੀ ਰੱਖੇ ਧਿਆਨ, ਕਰ ਵੀ ਰਹੇ ਹੈ। ਮੈਂ ਪਹਿਲਾਂ ਵੀ ਕਿਹਾ, ਇੱਕ ਦੋ ਇਸ਼ੂਜ਼ ਹੁੰਦੇ ਹੈ, ਹੁਣ ਜਿਵੇਂ ਉਹ ਕਰਤਾਰਪੁਰ ਕੋਰੀਡੋਰ ਵਾਲਾ ਹੈ, ਉਹ ਵੀ ਮਿਨੋਰਟੀ ਸਿੱਖਾਂ ਦਾ ਇਸ਼ੂ ਹੈ, ਦੋਨੇ ਸਰਕਾਰਾਂ ਇਕੱਠੀਆਂ ਹੋ ਕੇ ਉਹਨਾਂ ਨੇ ਕੀਤਾ। ਸੋ ਇਹ ਜੀ ਕੋਈ ਗੱਲ ਨਹੀਂ ਵੀ ਮਿਨੋਰਟੀਜ਼ ਨਾਲ ਧੱਕਾ ਹੋ ਰਿਹਾ, ਮਿਨੋਰਟੀਜ਼ ਦੇ ਰਾਈਟਸ ਵੀ ਚੱਕੀ ਜਾਂਦੇ ਆ। ਬਸ ਇੰਨਾ ਹੈ ਵੀ 1947 ਤੋਂ ਲੈ ਕੇ ਜੇ ਕੁਛ ਘਟਨਾਵਾਂ ਹੋ ਜਾਂਦੀਆਂ ਆਪੱਤੀਜਨਕ, ਸੋ ਉਹਦੇ ਕਰਕੇ ਆਪਾਂ ਬਲੇਮ ਨਹੀਂ ਕਰ ਸਕਦੇ। ਹੁਣ ਕਰਤਾਰਪੁਰ ਕੋਰੀਡੋਰ 'ਚ ਵੀ ਇਕੱਠੀਆਂ ਆਈਆਂ, ਭਾਰਤ ਸਰਕਾਰ ਵੀ ਇਕੱਠੀ ਹੋਈ ਹੈ, ਪਾਕਿਸਤਾਨ ਸਰਕਾਰ ਵੀ ਇਕੱਠੀ ਹੋਈ ਹੈ, ਅਤੇ ਇਸ਼ੂ ਵੀ ਉਹ ਮਿਨੋਰਟੀ ਦਾ ਸੀ। ਸੋ ਇਹ ਕੋਈ ਇਹ ਜੀ ਗੱਲ ਨਹੀਂ ਜੀ। ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਜੇ ਇੱਕ ਦੋ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਕੰਮ ਸਰਕਾਰ ਨਹੀਂ ਕਰ ਰਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਰਵੀ ਜੀ। ਅੱਛਾ ਰਵੀ, ਜਿਵੇਂ ਪਾਕਿਸਤਾਨ ਦੇ ਵਿੱਚ ਘੱਟ
ਧਰਮ ਪਰਿਵਰਤਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਲੈ ਕੇ ਸੰਜੀਦਾ ਹੈਗੀ ਹੈ? ਸਾਰੀ ਕੰਟਰੀਜ਼ ਆਪਦਾ ਹਿੱਸਾ ਦੇਖਦੀ ਹੈ ਜੀ, ਉਹ ਆਪਦੇ ਹਿਸਾਬ ਨਾਲ ਆਪਦੀ ਪੋਲੀਟਿਕਸ ਆਪਦੀ ਕੰਟਰੀ ਨੂੰ ਚਲਾ ਰਹੇ ਨੇ, ਜਿਵੇਂ ਇੰਡੀਆ ਆਪਦੀ ਮਤਲਬ ਕੰਟਰੀ ਚਲਾ ਰਹੀ ਆ ਉਵੇਂ ਪਾਕਿਸਤਾਨ ਦੇ ਰਾਈਟਸ ਹੈਗੇ ਨੇ ਜੀ, ਅਤੇ ਉਹ ਆਪਦੇ ਸਿਸਟਮ ਨਾਲ ਆਪਦਾ ਸਰਕਾਰ ਚਲਾਊਗੀ ਆਪਦੇ ਕੰਟਰੀ ਨੂੰ। ਤੁਹਾਨੂੰ ਲੱਗਦਾ ਕਿ ਜਿਵੇਂ ਭਾਰਤ ਸਰਕਾਰ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈ, ਕਿਉਂਕਿ ਘੱਟ ਗਿਣਤੀ ਸੁਰੱਖਿਆ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਮੁੱਦਾ ਕਾਫੀ ਭੜਕਿਆ ਹੋਇਆ, ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਹੈਗਾ? ਇਹ ਤਾਂ ਜੀ ਦੇਖੋ ਕੰਟਰੀਜ਼ ਦੇ ਬਾਇਲੀਟਰਲ ਇਸ਼ੂਜ਼ ਹੁੰਦੇ ਨੇ ਜਿਹੜੇ ਰਿਜ਼ੋਲਵ ਕਰਦੇ ਨੇ, ਦੋ ਕੰਟਰੀਆਂ ਆਪਸ 'ਚ ਰਿਜ਼ੋਲਵ ਕਰਦੀਆਂ, ਜੇ ਕੰਟਰੀਜ਼ ਦੇ ਲੀਡਰਸ ਨੇ ਵੱਡੇ ਲੀਡਰਸ ਨੇ ਤਾਂ ਉਹ ਇਹ ਇਸ਼ੂਜ਼ ਨੂੰ ਰਿਜ਼ੋਲਵ ਕਰਨਗੇ। ਅਤੇ ਅੱਛਾ, ਤੁਹਾਨੂੰ ਲੱਗਦਾ ਕਿ ਜਿਹੜੇ ਉੱਚ ਅਧਿਕਾਰੀ ਨੇ ਜਾਂ ਸਿਆਸਤ ਦੇ ਧੁਰੇ ਨੇ ਉਹ ਆਪਸ ਦੇ ਵਿੱਚ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਣਗੇ, ਪਰ ਸਵਾਲ ਇਹ ਹੈਗਾ ਕਿ ਤੁਹਾਨੂੰ ਲੱਗਦਾ ਕਿ ਘੱਟ ਗਿਣਤੀ ਭਾਰਤ ਦੇ ਵਿੱਚ ਵੀ ਸੁਰੱਖਿਅਤ ਹੈਗੇ ਨੇ, ਹਾਲਾਂਕਿ ਸਵਾਲ ਕਈਆਂ ਨੇ ਉਠਾਏ ਨੇ? ਦੇਖੋ ਜੀ, ਉਹ ਤਾਂ ਸਿਸਟਮ ਹੀ ਦੇਖੂਗਾ ਜੀ ਉਸ ਚੀਜ਼ ਨੂੰ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਅੰਕਿਤ ਜੀ। ਅੱਛਾ ਅੰਕਿਤ, ਜਿਵੇਂ ਪਾਕਿਸਤਾਨ ਦੇ ਵਿੱਚ ਹਿੰਦੂ ਲੜਕੀ ਦਾ ਮਾਮਲਾ ਵੀ ਸਾਹਮਣੇ ਆਇਆ, ਧਰਮ ਪਰਿਵਰਤਨ ਕਰਵਾਇਆ ਗਿਆ, ਸਿੱਖ ਲੜਕੀ ਦਾ ਮਾਮਲਾ ਵੀ ਸਾਹਮਣੇ ਆਇਆ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਹੈਗੀ ਹੈ, ਘੱਟ ਗਿਣਤੀ ਦੀ ਸੁਰੱਖਿਆ ਨੂੰ ਪੁਖਤਾ ਰੱਖਣ ਦੇ ਲਈ ਕਦਮ ਚੁੱਕ ਰਹੀ ਹੈ? ਪਾਕਿਸਤਾਨ ਸਰਕਾਰ ਨੇ ਤਾਂ ਇਹਦੇ ਵਿੱਚ ਹੁਣ ਐਂ ਵੀ ਪਤਾ, ਹੁਣ ਆਪਾਂ ਨੂੰ ਕੀ ਪਤਾ ਇੱਧਰ ਬਾ ਉੱਧਰ ਕੀ ਕਦਮ ਚੁੱਕ ਰਹੇ ਨੇ, ਪਰ ਐਂ ਹੈ ਜਿਹੜਾ ਹੁਣ 370 ਦਾ ਮੁੱਦਾ ਉੱਠਿਆ ਉਹਦੇ ਕਰਕੇ ਇਹ ਇਹੋ ਜਿਹੇ ਮੁੱਦੇ ਆਪਣੇ ਪਹਿਲੇ ਵੀ ਹੋਏ ਹੋਣਗੇ, ਅਤੇ ਛੋਟੇ ਜਿਵੇਂ ਆਪਣੇ ਆਪ ਧਰਮ ਪਰਿਵਰਤਨ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਛੋਟੇ ਮੋਟੇ ਮਾਈਨੋਰਿਟੀ ਦੇ ਉੱਥੇ ਹੋਏ ਹੋਣਗੇ, ਪਰ ਆਹ ਮੁੱਦਾ 370 ਕਰਕੇ ਥੋੜ੍ਹਾ ਜ਼ਿਆਦਾ ਹਾਈਲਾਈਟ ਕੀਤਾ ਗਿਆ ਵੀ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਨੂੰ ਹਿੰਦੁਸਤਾਨ ਦੇ ਵਿੱਚ ਹਾਈਲਾਈਟ ਕੀਤਾ ਜਾਵੇ, ਅਤੇ ਇਹੋ ਜਿਹੇ ਮੁੱਦੇ ਪਹਿਲਾਂ ਵੀ ਬਹੁਤ ਹੋਏ ਹੋਣਗੇ ਪਰ ਨਹੀਂ ਕੀਤਾ ਗਿਆ, ਪਰ ਇਹ 370 ਕਰਕੇ ਜਿਹੜਾ ਆ ਰੋਸ ਥੋੜ੍ਹਾ ਜਿਹਾ ਇੱਧਰ ਉੱਧਰੋਂ ਵੀ ਇਹਨਾਂ ਦੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਲੁਕੋ ਛੁਪੋ ਕੇ ਕੀਤੇ ਗਏ ਸਨ, ਪਰ ਉੱਧਰ ਦੇ ਸਰਕਾਰ ਕਰਕੇ ਥੋੜ੍ਹਾ ਜਿਹਾ। ਅੱਛਾ, ਜਿਵੇਂ ਗੱਲ ਕੀਤੀ ਜਾਂਦੀ ਹੈ ਕਿ ਪਹਿਲਾਂ ਵੀ ਇਸ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਕਿ ਕਿਸੇ ਨਾ ਕਿਤੇ ਕਿਸੇ ਘੱਟ ਗਿਣਤੀ ਨੂੰ ਪਾਕਿਸਤਾਨ ਦੇ ਵਿੱਚ ਤਸ਼ੱਦਦ ਢਾਇਆ ਗਿਆ, ਕਿਸ ਦੇ ਉੱਤੇ ਕੋਈ ਨਸਲੀ ਜਿਹੜੀ ਟਿੱਪਣੀ ਵੀ ਕੀਤੀ ਜਾਂਦੀ ਰਹੀ ਹੈ, ਤੁਹਾਨੂੰ ਲੱਗਦਾ ਕਿ ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਦਬਾਅ ਬਣਾ ਰਹੀ ਹੈ, ਜਾਂ ਫਿਰ ਭਾਰਤ ਸਰਕਾਰ ਦਾ ਇਸ ਮਾਮਲੇ ਦੇ ਪ੍ਰਤੀ ਤੁਹਾਡੇ ਮੁਤਾਬਿਕ ਕੀ ਰੂਲ ਰਹੇਗਾ? ਭਾਰਤ ਸਰਕਾਰ ਤਾਂ ਕੋਈ ਦਬਾਅ ਨਹੀਂ ਬਣਾ ਰਹੀ, ਭਾਰਤ ਸਰਕਾਰ ਨੇ ਹਾਲੇ ਵੀ ਆਹ 3 ਤਲਾਕ ਵਾਲਾ ਜਿਹੜਾ ਇਹਨਾਂ ਦਾ ਕੱਢਿਆ 370 ਦਾ ਕੱਢਿਆ, ਕਿਸੇ ਨਾਲ ਭਾਰਤ ਸਰਕਾਰ ਨੇ ਤਾਂ ਕਿਸੇ ਨਾਲ ਨਿਆਂ ਨਹੀਂ ਕੀਤਾ, ਚਾਹੇ ਇੱਧਰ ਮਾਈਨੋਰਟੀ ਰਹਿੰਦੀ ਹੈ ਚਾਹੇ ਉੱਧਰ ਹੈ, ਚਾਹੇ ਉੱਧਰ ਭਾਰਤ ਸਰਕਾਰ ਨੇ ਤਾਂ ਕਿਸੇ ਲਈ ਗਲਤ ਟਿੱਪਣੀ ਨਹੀਂ ਦਿੱਤੀ, ਉੱਧਰ ਦੇ ਲੋਕ ਸੋਚਣ ਤਾਂ ਉਹਨਾਂ ਦਾ ਹੈਗਾ ਵਿਊ ਇਸ ਚੀਜ਼ ਦਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਹਰਮਿੰਦਰ ਸਿੰਘ ਹੈ ਜੀ। ਹਰਮਿੰਦਰ, ਜਿਵੇਂ ਪਾਕਿਸਤਾਨ ਦੇ ਵਿੱਚੋਂ ਵੱਖ ਵੱਖ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਸਿੱਖ ਕੁੜੀ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ, ਨਿਕਾਹ ਕਰਵਾਇਆ ਜਾਂਦਾ ਹੈ ਪਾਕਿਸਤਾਨ ਦੇ ਹੀ ਮੁਸਲਿਮ ਭਾਈਚਾਰੇ ਦੇ ਇੱਕ ਲੜਕੇ ਦੇ ਨਾਲ, ਅਤੇ ਉਸ ਤੋਂ ਬਾਅਦ ਹਿੰਦੂ ਲੜਕੀ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ। ਇਸ ਤੋਂ ਪਹਿਲਾਂ ਵੀ ਕਿੰਨੇ ਧਰਮ ਪਰਿਵਰਤਨ ਦੇ ਮਾਮਲੇ ਆਉਂਦੇ ਆ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਨੇ ਜਿਹੜੇ ਉਹ ਸੁਰੱਖਿਅਤ ਹੈਗੇ ਨੇ? ਨਹੀਂ ਜੀ, ਜੇ ਦੇਖੋ ਜੀ, ਜੇ ਮੈਂ ਆਪਣਾ ਵਿਚਾਰ ਸਾਂਝਾ ਕਰਾਂ ਤੁਹਾਡੇ ਨਾਲ ਦੀ, ਦੇਖੋ ਜੀ, ਇਹ ਬਿਲਕੁਲ ਸੁਰੱਖਿਅਤ ਨਹੀਂ ਹੈਗੀ ਜੀ, ਕਿਉਂਕਿ ਸਾਨੂੰ ਬਹੁਤ ਦੇਖਣ ਨੂੰ ਮਿਲਦਾ, ਬਹੁਤ ਅਸੀਂ ਨਿਊਜ਼ ਪੜ੍ਹਦੇ ਆਉਂਦੇ ਹਾਂ ਕਿ ਕਿਸੇ ਕੁੜੀ ਦਾ ਧਰਮ ਪਰਿਵਰਤਨ ਕਰਵਾਤਾ, ਕਿਸੇ ਮੁੰਡੇ ਦਾ ਕਰਵਾਤਾ, ਉਹਨਾਂ 'ਤੇ ਦਬਾਅ ਪਾਇਆ ਜਾਂਦਾ ਹੈ ਜੀ, ਇੱਦਾਂ ਬਿਲਕੁਲ ਗਲਤ ਹੋ ਰਿਹਾ ਜੀ ਇਹ। ਜੇ ਇਹ ਗਲਤ ਹੋ ਰਿਹਾ ਤਾਂ ਜਿਹੜੀ ਉੱਧਰ ਦੀ ਸਰਕਾਰ ਹੈ ਉਹਨਾਂ ਨੂੰ ਇਸ ਖਿਲਾਫ਼ ਕਦਮ ਉਠਾਉਣੇ ਚਾਹੀਦੇ ਨੇ, ਅਤੇ ਉਹਨਾਂ ਦੀ ਸਰਕਾਰ ਤਾਂ ਕੀ ਜਿਸ ਆਪਣੀ ਸਰਕਾਰ ਹੈ ਉਹਨਾਂ ਨੂੰ ਵੀ ਇਸ ਪ੍ਰਤੀ ਕਦਮ ਉਠਾਉਣੇ ਚਾਹੀਦੇ ਨੇ ਜੀ। ਤੁਹਾਨੂੰ ਲੱਗਦਾ ਕਿ ਇਮਰਾਨ ਖਾਨ ਦੀ ਸਰਕਾਰ, ਹਾਲਾਂਕਿ ਇਮਰਾਨ ਖਾਨ ਤਾਂ ਖੁਦ ਕਹਿ ਰਹੇ ਨੇ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਪੁਖਤਾ ਰੱਖੀ ਜਾਵੇਗੀ, ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ, ਤੁਹਾਨੂੰ ਲੱਗਦਾ ਕਿ ਇਮਰਾਨ ਖਾਨ ਦੀ ਸਰਕਾਰ ਸੰਜੀਦਾ ਹੈਗੀ ਹੈ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ? ਦੇਖੋ ਜੀ, ਇਸ 'ਤੇ ਤਾਂ ਮੈਂ ਜ਼ਿਆਦਾ ਕੁਛ ਕਹਿਣਾ ਨਹੀਂ ਚਾਹੁੰਦਾ, ਜਿਵੇਂ ਕਿ ਅਸੀਂ ਦੇਖਦੇ ਹੀ ਆਏ ਹਾਂ ਜੀ, ਜਿਵੇਂ ਹੁਣ ਲਾਂਘਾ ਬਣਾਇਆ ਜੀ ਉਹਨਾਂ ਨੇ ਕਰਤਾਰਪੁਰ ਸਾਹਿਬ ਲਈ, ਠੀਕ ਹੈ ਜੀ, ਵੀ ਜਿਵੇਂ ਕਿ ਉਹ ਕਹਿੰਦੇ ਨੇ ਕਿ ਸੁਰੱਖਿਅਤ ਨੇ, ਬਟ ਜੇ ਜਿੱਦਾਂ ਦੀ ਸਾਨੂੰ ਇਹ ਦੇਖਣ ਨੂੰ ਮਿਲਦੀਆਂ ਚੀਜ਼ਾਂ ਕਿ ਉਹ ਧਰਮ ਪਰਿਵਰਤਨ ਕਰਵਾਇਆ ਗਿਆ, ਨਿਕਾਹ ਕਰਵਾਇਆ ਕਿਸੇ ਨਾਲ ਜੀ, ਉਹਦੇ 'ਤੇ ਦਬਾਅ ਪਾਇਆ ਜਾ ਰਿਹਾ, ਅਤੇ ਇੱਥੋਂ ਸਾਨੂੰ ਕੁਛ ਨਾ ਕੁਛ ਕਿਤੇ ਨਾ ਕਿਤੇ ਲੱਗਦਾ ਸਾਨੂੰ ਕਿ ਸੁਰੱਖਿਅਤ ਨਹੀਂ ਹੈਗੇ ਜੀ ਉਹ। ਤੁਹਾਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਵੀ ਕਦਮ ਚੁੱਕਣ ਦੀ ਲੋੜ ਹੈ, ਕਿਸੇ ਤਰੀਕੇ ਦੇ ਨਾਲ ਆਪਸੀ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾ ਲਿਆ ਜਾਣਾ ਚਾਹੀਦਾ? ਬਿਲਕੁਲ ਜੀ, ਬਿਲਕੁਲ ਜੀ, ਕਿਉਂਕਿ ਅਸੀਂ ਦੇਖੋ ਜੀ ਪੰਜਾਬੀ ਭਰਾ ਹੈ ਜੀ, ਸਾਰੇ ਆਪਣਾ ਪੰਜਾਬ ਹੈ ਜੀ, ਇਹਨੂੰ ਪੰਜਾਬ ਸਰਕਾਰ ਨੂੰ ਵੀ ਉਠਾਉਣਾ ਚਾਹੀਦਾ ਜੀ, ਇਸ ਦੇ ਉੱਤੇ ਮੁੱਦਾ ਜੀ, ਆਪਣੀ ਗੌਰਮੈਂਟ ਨੂੰ ਵੀ ਉਠਾਉਣਾ ਚਾਹੀਦਾ ਜੀ, ਇੰਡੀਅਨ ਗੌਰਮੈਂਟ ਨੂੰ, ਠੀਕ ਹੈ ਜੀ। ਜੇ ਅਸੀਂ ਰਲ ਮਿਲ ਕੇ ਜੀ ਆਪਸ 'ਚ ਸਾਂਝਾ ਕੁਛ ਕਰਾਂਗੇ, ਆਪਸ 'ਚ ਕੋਈ ਪੋਲਿਸੀਆਂ ਬਣਾਵਾਂਗੇ ਤਾਂ ਕੁਝ ਹੋ ਸਕਦਾ ਜੀ, ਇਸ ਕਸ਼ਟ ਕਾਨੂੰਨ ਬਣਨੇ ਚਾਹੀਦੇ ਆ ਜੀ, ਨਹੀਂ ਇੱਦਾਂ ਦਾ ਸੁਰੱਖਿਅਤ ਨਹੀਂ ਹੈਗੀ ਜੀ ਅਸੀਂ।
अच्छा जिवें गलबात की जाती है कि भारत सरकार कह रही है कि इस मामले में सुलझाने के लिए कितना कितने दबाव पाया जाएगा, तो लगता कि जेकर दबाव पाएगी तो कितना कितने इमरान खान सरकार के वलों घट गिणती की सुरक्षा प्रति पुख्ता जिहड़े ने कदम चुके जाएंगे? चुके जाने चाहिए हैं जी, जो दबाव भी पाता फिर तो बनेंगे ही जी, चुके जाने चाहिए हैं जी, फिर तो चुके जाएंगे भी मेरे ख्याल तो जी। बहुत बहुत धन्यवाद, सत श्रीकाल। सत श्रीकाल जी, नाम दिलबाग सिंह। दिलबाग, जिवें पाकिस्तान के घट गिणतियां नूं लैके हुण मामले सामने आ रहे हैं, एक सिख कुड़ी का धर्म परिवर्तन करवाया गया, उस तो बाद हुण हिंदू लड़की का भी धर्म परिवर्तन करवाया गया, तुहानूं लगता कि पाकिस्तान सरकार संजीदा हैगी है घट गिणतियां के प्रति? नहीं सर, उन्होंने मतलब कि भारतीयों नाल हमेशा ही धक्का आउंदा है, तो पंजाब नाल भी आउंदा ही है, ये सब हुण 84 च भी देखे तो 47 च भी देखे जी। असीं तो लगता कि कितना कितने सरकार जिवें दावे करती है पाकिस्तान की, उन्होंने दावे के असल मायने के कोई हकीकत हैगी है? क्योंकि दावे तो यह किए जाते हैं कि घट गिणती सुरक्षित है। हाँ जी, हाँ नहीं, उन्होंने वालों कुछ नहीं किया जाता जी। तुहानूं की लगता कि इस मामले प्रति या घट गिणतियां के मामले प्रति भारत सरकार का पाकिस्तान की सरकार के नाल किस तरह का तालमेल होना चाहिए उन्होंने सुरक्षा को लैके? हाँ जी बिल्कुल होना चाहिए, पर जिहड़े उत्थे उन्होंने अपने ही बंदे जिहड़ा उन्होंने नाल थोड़ा टॉलरेट नहीं कर सकते जी, है ना, इन्हों की अपनी सोच ही नहीं मिलती। जो भारतीय तुम हम जिकना जम्मू कश्मीर का मामला देखे ही है ना जी, इस करके इन्हों की सोच नहीं मिलती जी। बहुत बहुत धन्यवाद। सो नौजवानों के नाल गलबात की है, कितना कितने नौजवानों के वलों सवाल उठाए ने कि पाकिस्तान के जिमें पाकिस्तान की सरकार दावे करती, उन्होंने दावियां के विचकार कोई भी असल मायने के सच्चाई सामने नहीं आ रही, हालांकि पाकिस्तान के नाल नाल कुछ लोगों ने भारत सरकार के उत्ते भी सवाल उठाए ने कि भारत के घट गिणती सुरक्षित नहीं, तो नाल दी नाल मंग भी की है कि भारत सरकार पाकिस्तान की सरकार के नाल तालमेल बिठा के इस मामले में चुके, तो पाकिस्तान के घट गिणतियां की सुरक्षा को पुख्ता बनाने के कदम चुके जाए। सो अज दे पंजाब बोलदा दे विच बस इन्ना ही, इस दे नाल ही मैनू अमनदीप सिंह नूं दिओ जी आ गया, धन्यवाद।